ਗੁੱਡ ਈਵਨਿੰਗ ਜੀ ਸਸ਼ਿਕਾ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਲੂਡੀਸ਼ਲ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਤੇ ਜਿੱਥੇ ਅਸੀਂ ਮਾਸਟਰ ਕੀਡਰ ਪੰਜਾਬੀ ਐਂਡ ਯੂਜੀਸੀ ਪੰਜਾਬੀ ਦੇ ਪੇਪਰ ਦੀ ਤਿਆਰੀ ਕਰ ਰਹੇ ਹਾਂ ਔਰ ਇਹ ਵਾਲਾ ਸੈਸ਼ਨ ਹਰ ਉਸ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ ਜਿਹਦੇ ਵਿੱਚ ਪੰਜਾਬੀ ਇੱਕ 파ਟ ਹੈ ਓਕੇ ਚਾਹੇ ਉਹ ਕਿਸੇ ਵੀ ਲੈਵਲ ਦਾ ਐਗਜ਼ਾਮ ਕਿਉਂ ਨਾ ਹੋਏ 올 ਰਾਈਟ ਤਾਂ ਇਸ ਲਈ ਇਹ ਵਾਲੇ ਸੈਸ਼ਨ ਉਹ ਹਰ ਇੱਕ ਬੱਚਾ ਦੇਖ ਸਕਦਾ ਹੈ ਜੋ ਕਿਸੇ ਵੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦਾ ਪਿਆ ਹੈ ਅੱਜ ਜੋ ਸਾਡਾ ਸੈਸ਼ਨ ਹੈ ਇਹਦੇ ਵਿੱਚ ਅਸੀਂ ਸੁਜੀਤ ਪਾਤਰ ਜੀ ਨੂੰ ਕਰਨਾ ਹੈ ਇਹਦੇ ਵਿੱਚ ਅਸੀਂ ਜਿਹੜੇ ਸਟੂਡੈਂਟਸ ਪਹਿਲੀ ਵਾਰੀ ਆਏ ਆ ਉਹਨਾਂ ਦੇ ਲਈ ਦੱਸ ਦਿਆਂ ਕਿ ਡੇਲੀ 8 ਵਜੇ ਸਾਡੀ ਲਾਈਵ ਕਲਾਸ ਹੁੰਦੀ ਹੈ ਯਾਨੀ ਡੇਲੀ 8 ਦਾ ਮਤਲਬ ਡੇਲੀ 8 ਵਜੇ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਸੰਡੇ ਨੂੰ ਤੁਹਾਡਾ ਆਫ ਰਹਿੰਦਾ ਓਕੇ ਔਰ ਇਹਦੇ ਵਿੱਚ ਅਸੀਂ ਐਮਸੀਕਿਊਜ਼ ਦੇ ਫਾਰਮੈਟ ਦੇ ਵਿੱਚ ਡੇਲੀ ਹੀ ਸਾਹਿਤਕਾਰ ਨੂੰ ਕਵਰ ਕਰਦੇ ਹਾਂ ਔਰ ਇਹਦੇ ਵਿੱਚ ਸਿਰਫ ਅਸੀਂ ਐਮਸੀਕਿਊ ਨਹੀਂ ਪੜ੍ਹਦੇ ਯਾਨੀ ਕਿ ਕਲਾਸ ਹੀ ਰੱਟਾ ਨਹੀਂ ਲਗਾਉਣਾ ਇਸ ਦੇ ਨਾਲ ਨਾਲ ਅਸੀਂ ਜਿੰਨੇ ਵੀ ਹਰ ਇੱਕ ਕੁਐਸਚਨ ਦੇ ਨਾਲ ਰਿਲੇਟ ਕਰਕੇ ਐਕਸਟਰਾ ਫੈਕਟਸ ਹੁੰਦੇ ਆ ਉਸ ਨੂੰ ਵੀ ਡਿਸਕਸ ਕਰਦੇ ਆ ਤਾਂ ਤੁਸੀਂ ਕਹਿ ਸਕਦੇ ਹੋ ਅਗਰ ਅਸੀਂ 10 ਕੁਐਸਚਨ ਡਿਸਕਸ ਕਰਦੇ ਆ ਤੇ ਉਸ ਦੇ ਬੇਸ ਦੇ ਉੱਪਰ ਸਾਡੇ ਕਰੀਬਨ 30 ਤੋਂ 40 ਕੁਐਸਚਨ ਇੱਕ ਹੀ ਸੈਸ਼ਨ ਦੇ ਵਿੱਚ ਬਣ ਜਾਂਦੇ ਨੇ ਓਕੇ ਤਾਂ ਇਸ ਲਈ ਇਹ ਸੈਸ਼ਨ ਤੁਸੀਂ ਡੇਲੀ ਹੀ ਦੇਖਿਆ ਕਰੋ ਜਲਦੀ ਹੀ ਤੁਹਾਨੂੰ ਪਤਾ ਹੈ ਮਾਸਟਰ ਕੇਡਰ ਦੀਆਂ ਵੈਕੈਂਸੀਜ਼ ਆਉਣ ਵਾਲੀਆਂ ਆ ਇਸ ਦੇ ਨਾਲ ਨਾਲ ਤੁਸੀਂ ਹਰਿਆਣਾ ਜਾਂ ਰਾਜਸਥਾਨ ਦੇ ਵੀ ਅਗਰ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹੋ ਪੰਜਾਬੀ ਦੇ ਲਈ ਤਾਂ ਉਹਦੇ ਲਈ ਵੀ ਇਹ ਵਾਲੇ ਸੈਸ਼ਨ ਦਾ ਜਿਹੜਾ ਸਿਲੇਬਸ ਹੈ ਸੇਮ ਹੀ ਹੁੰਦਾ ਓਕੇ ਪੀਡ ਬੈਚ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਜਿਸ ਦੇ ਵਿੱਚ 1 ਸਾਲ ਦੇ ਲਈ ਤੁਹਾਨੂੰ ਕੋਰਸ ਮਿਲੇਗਾ 5000 ਰੁਪਏ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਥਿਉਰੀ ਵੀ ਮਿਲੇਗੀ ਰਿਕਾਰਡਿੰਗ ਲੈਕਚਰ ਵੀ ਮਿਲਣਗੇ ਲਾਈਵ ਲੈਕਚਰ ਵੀ ਮਿਲਣਗੇ ਔਰ ਪੀਡੀਫਸ ਵੀ ਮਿਲਣਗੀਆਂ ਨਾਲ ਦੇ ਨਾਲ ਮੰਡੇ ਟੂ ਸੈਟਰਡੇ ਕਲਾਸ ਔਰ ਹਰ ਸੰਡੇ ਨੂੰ ਟੈਸਟ ਓਕੇ ਜੀ ਤਾਂ ਇਹ ਤਾਂ ਹੋ ਗਈ ਛੋਟੀ ਜੀ ਇੰਟਰੋ 1 ਮਿੰਟ ਦੇ ਅੰਦਰ ਅੰਦਰ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਆ ਇਨ ਸ਼ੋਰਟ ਔਰ ਅਗਰ ਤੁਹਾਨੂੰ ਕਿਸੇ ਵੀ ਸੈਸ਼ਨ ਦੇ ਲਈ ਲਿੰਕ ਦਾ ਪਤਾ ਨਾ ਹੋਵੇ ਤੇ ਉਸਦੇ ਲਈ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਹੋ ਕਿਉਂਕਿ ਟੈਲੀਗ੍ਰਾਮ ਦੇ ਵਿੱਚ ਮੇਰੇ ਜਿੰਨੇ ਵੀ ਸੈਸ਼ਨਸ ਆਉਂਦੇ ਆ ਉਹਨਾਂ ਸਾਰਿਆਂ ਦੇ ਹੀ ਲਿੰਕ ਤੁਹਾਨੂੰ ਡੇਲੀ ਹੀ ਪ੍ਰੋਵਾਈਡ ਹੁੰਦੇ ਨੇ ਓਕੇ ਆਵਾਜ਼ ਘਟਾ ਰਹੀ ਹੈ ਕੀ ਬਕ ਅੱਛਾ ਹਾਂਜੀ ਬਿਲਕੁਲ ਆਵਾਜ਼ ਘਟ ਹੀ ਸੀਗੀ ਹੁਣ ਆ ਗਈ ਹੋਣੀ ਆਈ ਥਿੰਕ ਸੋ ਸਸ਼ੀਕਰ ਮਾਨ ਜੀ ਹਾਂਜੀ ਹੁਣ ਆਵਾਜ਼ ਆ ਗਈ ਹੋਏਗੀ ਰਾਈਟ ਚਲੋ ਠੀਕ ਹੈ ਥੈਂਕ ਯੂ ਸੋ ਮਚ ਨੀਤੂ ਜੀ ਟਾਈਮ ਨਾਲ ਦੱਸਣ ਦੇ ਲਈ ਤਾਂ ਫੇਰ ਸ਼ੁਰੂ ਕਰਦੇ ਹਾਂ ਸੁਰਜੀਤ ਪਾਤਰ ਜੀ ਦੇ ਬਾਰੇ ਵਿੱਚ ਪੜਨਾ ਮੈਂ ਤੁਹਾਨੂੰ ਕੱਲ ਹੀ ਕਹਿ ਦਿੱਤਾ ਸੀਗਾ ਕਿ ਪਾਤਰ ਜੀ ਬਹੁਤ ਜ਼ਿਆਦਾ ਲੰਮਾ ਚੋੜਾ ਪੜਨ ਵਾਲੇ ਸਾਹਿਤਕਾਰਾਂ ਦੇ ਵਿੱਚੋਂ ਨਹੀਂ ਹੈਗੇ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਲੰਬੇ ਤਰੀਕੇ ਨਾਲ ਕਰਨਾ ਹੈ ਓਕੇ ਤਾਂ ਇਹਦੇ ਵਿੱਚ ਵੈਸੇ ਤਾਂ ਸਾਡਾ ਇੱਕ ਹੀ ਸੈਸ਼ਨ ਬਣ ਰਿਹਾ ਸੀ ਪਰ ਮੈਨੂੰ ਲੱਗਿਆ ਕਿ ਸਨਮਾਨਾਂ ਨੂੰ ਲੈ ਕੇ ਕੁਝ ਇੱਕ ਇਦਾਂ ਦੇ ਪ੍ਰਸ਼ਨ ਹੈਗੇ ਆ 노 ਡਾਊਟ ਉਹਨਾਂ ਦੇ ਬਾਰੇ ਐਕਸਟਰਾ ਫੈਕਟਸ ਤਾਂ ਜ਼ਿਆਦਾ ਨਹੀਂ ਆਉਣਗੇ ਬਟ ਯੈਸ ਉਹ ਵਾਲੇ ਕੁਐਸਚਨ ਜ਼ਰੂਰ ਇੰਪੋਰਟੈਂਟ ਹੈਗੇ ਆ 댓 ਇਜ਼ ਵਾਈ ਮੈਂ ਤੁਹਾਨੂੰ ਕੱਲ ਕਿਹਾ ਸੀ ਆਪਾਂ ਇੱਕ ਹੋਰ ਸੈਸ਼ਨ ਰੱਖ ਲਾਂਗੇ 10 ਕੁ ਕੁਐਸਚਨਸ ਦਾ ਰਾਈਟ ਇਹਦੇ ਵਿੱਚ ਅੱਜ ਜੋ ਹੈਗੇ ਆ 12 ਜਾਂ ਫਿਰ 13 ਕੁਐਸਚਨਸ ਹੈਗੇ ਆ ਜਿਨ੍ਹਾਂ ਨੂੰ ਮੈਂ ਸ਼ਾਮਿਲ ਕੀਤਾ ਹੈ। ਪਾਤਰ ਜੀ ਦੇ ਬਾਰੇ ਵਿੱਚ ਜਿੰਨੀ ਵੀ ਐਕਸਟਰਾ ਡਿਟੇਲ ਸੀ ਉਹ ਮੈਂ ਕੱਲ ਦੇ ਸੈਸ਼ਨ ਦੇ ਵਿੱਚ ਆਲਰੇਡੀ ਕਵਰ ਕਰਤੀ ਹੈ ਤੇ ਅੱਜ ਦਾ ਸੈਸ਼ਨ ਸ਼ਾਇਦ ਵਰਡ ਟੂ ਵਰਡ ਹੀ ਜ਼ਿਆਦਾ ਰਹੂਗਾ ਯਾਨੀ ਕਿ ਬਹੁਤ ਕੁਝ ਉਹਦੇ ਬਾਰੇ ਡਿਟੇਲ ਦੇ ਵਿੱਚ ਨਹੀਂ ਹੋਊਗਾ। ਓਕੇ ਬਟ ਨੀਤੂ ਜੀ ਵੈਸੇ ਹੁਣ ਮੈਂ ਇੱਥੋਂ ਦੀ ਫੁੱਲ ਕਰ ਲਈਏ ਪਲੀਜ਼ ਇੱਕ ਵਾਰੀ ਤੁਸੀਂ ਆਪਣੇ ਮੋਬਾਈਲ ਦੀ ਵੀ ਵੋਲਿਊਮ ਦੇਖ ਲਓ ਕਿ ਉੱਥੋਂ ਠੀਕ ਹੈ। ਹੁਣ ਸ਼ੁਰੂ ਕਰਦੇ ਆਂ ਬਿਨਾਂ ਦੇਰ ਕੀਤੇ ਫਰਸਟ ਕੁਐਸਚਨ ਨੂੰ ਦੇਖਦੇ ਆਂ। ਹੇਠਾਂ ਵਿੱਚੋਂ ਕਿਹੜੀ ਗ਼ਜ਼ਲ surjit patar ਦੀ ਹੈ ਗਮਾਂ ਦੀ ਰਾਤ ਲੰਮੀ ਏ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਮੈਨੂੰ ਤੇਰਾ ਸ਼ਬਾਬ ਲੈ ਬੈਠਾ 2 ਅਤੇ 3 ਪ੍ਰਸ਼ਨ ਨੰਬਰ 1 ਦੇ ਲਈ ਉੱਤਰ ਕਰੋ ਐਨਾ ਵਿੱਚੋਂ ਕਿਹੜੀ ਗ਼ਜ਼ਲ ਹੈ ਜੋ ਕਿ surjit patar ਜੀ ਦੀ ਹੈ ਯੈਸ ਪਲੀਜ਼ ਬਾਕੀਆਂ ਨੂੰ ਆਵਾਜ਼ ਨੋਰਮਲ ਆ ਰਹੀ ਹੈ ਜ਼ਿਆਦਾ ਘਟ ਤਾਂ ਨਹੀਂ ਆ ਰਹੀ ਕਿ ਕਿਦਰ ਘਟ ਸੀ ਮੈਂ ਫੁੱਲ ਕਰ ਦਿੱਤੀ ਹੈ ਓਕੇ ਪਹਿਲੇ ਤਾਂ ਆਨਸਰ ਸੀ ਆ ਰਿਹਾ ਹੈ ਮਤਲਬ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੀਲੀ ਅਛਾਨੀ ਤੂੰ ਜੀ ਕਹਿ ਰਹੀ ਨੇ ਡੀ ਯਾਨੀ ਕਿ ਦੋ ਅਤੇ ਤਿੰਨ ਚਲੋ ਠੀਕ ਹੈ ਪਹਿਲੇ ਦਾ ਜ਼ਿਆਦਾ ਆਨਸਰ ਆ ਰਹੇ ਨੇ ਸੀ ਔਰ ਡੀ ਐਗਜੈਕਟਲੀ ਇਸ ਦਾ ਆਨਸਰ ਹੋਏਗਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਠੀਕ ਹੈ ਤਾਂ ਇਸ ਲਈ ਜਿਨ੍ਹਾਂ ਜਿਨ੍ਹਾਂ ਨੇ ਕੁਐਸਚਨ ਦਾ ਆਨਸਰ ਕੀਤਾ B ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈਗਾ ਇਹਨਾਂ ਦੀਆਂ ਕੁਝ ਇੱਕ ਗਜ਼ਲਾਂ ਜਿਹੜੀਆਂ ਕਿ ਸਾਨੂੰ ਜ਼ਿਆਦਾਤਰ ਪਤਾ ਹੋਣੀਆਂ ਚਾਹੀਦੀਆਂ ਉਹਨਾਂ ਦੇ ਲਈ ਤੁਸੀਂ ਪਿਛਲਾ ਜੋ ਮੈਂ ਤੁਹਾਨੂੰ ਪਲੇਲਿਸਟ ਦੇ ਵਿੱਚ surjit patar ji ਦਾ ਦਿੱਤਾ ਹੋਇਆ ਲੈਕਚਰ ਕਿਉਂਕਿ ਦੇਖੋ ਜਿਹੜੇ ਬੱਚੇ ਪਹਿਲੀ ਵਾਰੀ ਦੇਖ ਰਹੇ ਆ ਉਹ eruditional studies ਦੀ ਪਲੇਲਿਸਟ ਨੂੰ ਚੈੱਕ ਕਰ ਸਕਦੇ ਆ ਜਿਸ ਦੇ ਵਿੱਚ ਸਾਰੀਆਂ ਅਲੱਗ-ਅਲੱਗ ਕਾਵਧੀਆਂ ਲਿਸਟਾਂ ਬਣੀਆਂ ਹੋਈਆਂ ਹਨ ਉਹਦੇ ਵਿੱਚ ਜਦੋਂ ਮੈਂ ਸੁਰਜੀਤ ਪਾਤਰ ਕਰਵਾਇਆ ਸੀ ਉਦੋਂ ਮੈਂ ਇੰਨਾ ਦੀਆਂ ਇੰਪੋਰਟੈਂਟ ਗਜ਼ਲਾਂ ਵੀ ਕਰਵਾਈਆਂ ਸੀ ਇੱਥੇ ਮੈਂ ਤੁਹਾਨੂੰ ਚਾਰ ਦੱਸ ਦਿੰਦੀ ਆ ਇੱਕ ਤਾਂ ਹੋ ਗਿਆ ਮੈਂ ਰਾਹਾਂ ਤੇ ਨਹੀਂ ਤੁਰਦਾ ਨਾ ਤੁਰਦਾ ਹਾਂ ਤਾਂ ਰਾਹ ਬਣਦੇ ਇੱਕ ਹੈਗਾ ਆ ਪੰਛੀ ਤਾਂ ਉੱਡ ਗਏ ਨੇ ਓਕੇ ਫਿਰ ਆਏਗੀ ਲਫ਼ਜ਼ਾਂ ਦੀ ਦਰਗਾ ਫਿਰ ਹੈ ਤੂੰ ਮੇਰੇ ਦਰਖਤਾਂ ਤੇ ਵਸਦੀ ਘਟਾਂ ਹੈ ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ ਓਕੇ ਵੈਰੀ ਗੁੱਡ ਜਿੰਨਾਂ ਦਾ ਠੀਕ ਹੈ ਆਊਸਮ ਤਾਂ ਇਹ ਤੁਸੀਂ ਕੁਝ ਗੱਜ਼ਲਾਂ ਹੈਗੀਆਂ ਆ ਜਿਹੜੀਆਂ ਇਹਨਾਂ ਦੀ ਯਾਦ ਰੱਖਣੀ ਹੈ ਅੱਗੇ ਚੱਲਦੇ ਹਾਂ 헤ਠਾਂ ਦਿੱਤੇ ਵਿੱਚੋਂ ਸੁਰਜੀਤ ਪਾਤਰ ਦੀ ਰਚਨਾ ਦੱਸੋ ਦੇਖੋ ਪਾਈ ਇਹਨੂੰ ਬਹੁਤ ਧਿਆਨ ਨਾਲ ਪੜ੍ਹਨਾ ਕਿਤੇ ਕਨਫਿਊਜ਼ ਨਹੀਂ ਹੋਣਾ ਓਕੇ ਪਹਿਲੀ ਹੈ ਮੌਤ ਦੇ ਅਰਥ ਫਿਰ ਹੈ ਲੱਗੀ ਨਜ਼ਰ ਪੰਜਾਬ ਨੂੰ ਤੂੰ ਮੇਰੇ ਦਰਖਤਾਂ ਤੇ ਵਸਦੀ ਘਟਾ ਹੈ ਇੱਕ ਅਤੇ ਦੋ ਦੋ ਅਤੇ ਤਿੰਨ ਜਾਂ ਫਿਰ ਇਹ ਸਾਰੇ ਪ੍ਰਸ਼ਨ ਨੰਬਰ 2 ਦੇ ਲਈ ਚੰਗੀ ਤਰ੍ਹਾਂ ਸੋਚ ਸਮਝ ਕੇ ਦਿਮਾਗ ਲਗਾ ਕੇ ਫਿਰ ਆਨਸਰ ਕਰਨਾ ਜਲਦੀ ਜਲਦੀ ਵਿੱਚ ਆਨਸਰ ਨਹੀਂ ਕਰਨਾ ਓਕੇ ਹਾਂਜੀ ਆਨਸਰ ਕਰੋ ਫਿਰ ਦੂਸਰੇ ਦਾ ਆਨਸਰ ਡੀ ਆਇਆ ਯਾਨੀ ਕਿ 1 ਅਤੇ 2 ਓਕੇ ਬੀ ਵੀ ਆਇਆ ਮਤਲਬ ਲੱਗੀ ਨਜ਼ਰ ਪੰਜਾਬ ਨੂੰ ਸਾਰੇ ਵੀ ਆ ਗਿਆ ਓਕੇ ਤੇ 1 ਤੇ 2 ਵੀ ਆ ਗਿਆ ਚਲੋ ਠੀਕ ਹੈ ਮਤਲਬ ਕਿ ਆਲਮੋਸਟ ਆਲਮੋਸਟ ਸਾਰੇ ਦੇ ਸਾਰੇ ਹੀ ਆਨਸਰ ਆਂਦੇ ਪਿਆ ਹੈ ਹਨਾ ਆਪਾਂ ਦੇਖਦੇ ਆਂ ਫਟਾਫਟ ਈ ਵੀ ਆ ਗਿਆ ਓਕੇ ਤਾਂ ਦੇਖਦੇ ਆਂ ਇਹਦੇ ਵਿੱਚ ਆਨਸਰ ਕੀ ਹੋਏਗਾ ਇਹ ਹੋ ਜਾਣਗੇ ਜੀ ਸਾਰੇ ਦੇ ਸਾਰੇ ਠੀਕ ਹੈ ਇਹ ਸਾਰੀਆਂ ਹੀ ਰਚਨਾਵਾਂ ਸੁਰਜੀਤ ਪਾਤਰ ਦੀਆਂ ਜੋ ਕਿ ਬਹੁਤ ਇੰਪੋਰਟੈਂਟ ਵੀ ਹੈਗੀਆਂ ਨੇ ਓਕੇ ਇਹਦੇ ਤੋਂ ਬਿਨਾ ਦੇਖੋ ਮੈਂ ਤਾਂ ਹੀ ਇਦਾਂ ਦੇ ਆਪਸ਼ਨਸ ਪਾਈਆਂ ਸੀ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜਿਹੜਾ ਵੀ ਐਗਜ਼ਾਮ ਤੁਹਾਡੇ ਲਈ ਪੰਦਾ ਆ ਨਾ ਉਹਨੂੰ ਕੋਈ ਮਤਲਬ ਨਹੀਂ ਹੈ ਟਫ ਦੇ ਨਾਲ ਉਹਨੂੰ ਕੋਈ ਮਤਲਬ ਨਹੀਂ ਹੈ ਈਜ਼ੀ ਦੇ ਨਾਲ ਮਤਲਬ ਹੈ ਤੁਹਾਡੇ ਦਿਮਾਗ ਦੇ ਨਾਲ ਖੇਡਦੇ ਆਓ ਠੀਕ ਹੈ ਤੁਹਾਡੇ ਮਾਈਂਡ ਨਾਲ ਇਸ ਲਈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਐਦਾਂ ਦੀਆਂ ਬੇਵਕੂਫਾਨਾ ਆਪਸ਼ਨਸ ਵੀ ਆ ਸਕਦੀਆਂ ਓਕੇ ਓਕਿਉਂ ਆਈਆਂ ਸਿਰਫ ਅਰ ਸਿਰਫ ਤੁਹਾਨੂੰ ਕਨਫਿਊਜ਼ ਕਰਨ ਦੇ ਲਈ ਆਈਆਂ ਆ ਹੋਰ ਕੁਝ ਨਹੀਂ ਹੈ ਜਦੋਂ ਕਿ ਮੈਂ ਜਸਟ ਤੁਹਾਨੂੰ ਪਿਛਲਾ ਹੀ ਜਦੋਂ ਕੁਐਸਚਨ ਕਰਵਾਇਆ ਉਦੋਂ ਮੈਂ ਤੁਹਾਨੂੰ ਇਹਨਾਂ ਦੀਆਂ ਗਜ਼ਲਾਂ ਦੇ ਵਿੱਚੋਂ ਇੱਕ ਗਜ਼ਲ ਦੱਸੀ ਸੀ ਤੂੰ ਮੇਰੇ ਦਰਖਤਾਂ ਤੇ ਵਸਦੀ ਘਟਾ ਹੈ ਦੱਸੀ ਸੀ ਨਾ ਐਦਾਂ ਮਤਲਬ ਤਿੰਨ ਤਾਂ ਇਹਦੇ ਵਿੱਚ ਆਣਾ ਹੀ ਆਣਾ ਆ ਪਰ ਕਈਆਂ ਨੇ ਡੀ ਆਨਸਰ ਵੀ ਲਗਾਇਆ ਇੱਕ ਅਤੇ ਦੋ ਜਦੋਂ ਅਸੀਂ ਇੱਕ ਤੇ ਦੋ ਲਗਾਇਆ ਤਾਂ ਜਿਹੜਾ ਇਹਦਾ ਮਤਲਬ ਮੈਂ ਪਿਛਲਾ ਕੁਐਸਚਨ ਤੇ ਉਹਨੂੰ ਦੱਸਿਆ ਉਹਦੇ ਵਿੱਚ ਜਾਤਾ ਪਰ ਧਿਆਨ ਨਹੀਂ ਦਿੱਤਾ ਜਾਂ ਫਿਰ ਇਸ ਕੁਐਸਚਨ ਦੇ ਵਿੱਚ ਇੰਨੀਆਂ ਸਾਰੀਆਂ ਆਪਸ਼ਨਸ ਦੇਖ ਕੇ ਸਾਨੂੰ ਪਤਾ ਹੁੰਦੇ باوجود ਵੀ ਅਸੀਂ ਇਹ ਨਹੀਂ ਦੇਖਿਆ ਕਿ ਹਾਂ ਵੀ ਇਹਦੇ ਵਿੱਚ ਸੀ ਤਾਂ ਪੱਕਾ ਹੀ ਪੱਕਾ ਹੋਊਗਾ ਹੈਨਾ ਤਾਂ ਪਲੀਜ਼ ਇਹ ਯਾਦ ਰੱਖਣਾ ਹੈ ਕਈ ਵਾਰੀ ਸਾਨੂੰ ਉੱਥੇ ਵੀ ਇਦਾਂ ਹੀ ਹੁੰਦਾ ਹੈ ਸਾਨੂੰ ਆਨਸਰ ਆਉਂਦਾ ਹੁੰਦਾ ਆ ਆਂਦੇ ਹੁੰਦੇ ਵੀ ਅਸੀਂ ਆਪਸ਼ਨਸ ਨੂੰ ਦੇਖ ਕੇ ਗਲਤ ਕਰ ਜਾਂਦੇ ਆ ਤਾਂ ਇਹ ਚੀਜ਼ਾਂ ਵੀ ਤੁਸੀਂ ਇਸ ਚੈਨਲ ਦੇ ਉੱਪਰ ਸਿੱਖਣੀ ਹੈ ਕਿ ਪੇਪਰ ਨੂੰ ਅਟੈਂਪਟ ਕਿੱਦਾਂ ਕਰਨਾ ਹੈ ਠੀਕ ਹੈ ਜੀ ਅੱਗੇ ਚੱਲਦੇ ਹਾਂ ਤੀਸਰਾ surjit patar ਨੇ birkh arz kare rachna ਵਿੱਚ ਕਿਸ ਵਿਸ਼ੇ ਨੂੰ ਪੇਸ਼ ਕੀਤਾ ਹੈ ਪੰਜਾਬ ਦਾ ਸੰਕਟ ਆਜ਼ਾਦੀ ਦੇ ਦੰਗੇ ਰਾਜਨੀਤਿਕ ਸਰਗਰਮੀਆਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਨਸਰ ਕਰੋ ਜੀ ਕੁਐਸਚਨ ਨੰਬਰ 3 ਦੇ ਲਈ ਵੈਰੀ ਗੁੱਡ हां ओथे बिरख वाला ਤਾਂ ਤੁਸੀਂ ਕਨਫਿਊਜ਼ ਹੋਣਾ ਹੀ ਨਹੀਂ ਐ ਐਗਜ਼ੈਕਟਲੀ ਬਸ ਮੈਂ ਤੁਹਾਨੂੰ ਉਹੀ ਤਾਂ ਕਹਿ ਰਹੀ ਆ ਮੈਂ ਸਿਰਫ ਪੜਾਉਣਾ ਨਹੀਂ ਆ ਮੈਂ ਕੋਸ਼ਿਸ਼ ਕਰਨੀ ਆ ਕਿ ਤੁਹਾਨੂੰ ਪੇਪਰ ਕਰਨਾ ਵੀ ਆਏ ਠੀਕ ਐ ਪਰਦੇ ਤਾਂ ਸਾਰੇ ਹੀ ਆ ਨਾ ਬੱਚਾ 3rd ਦਾ ਆਨਸਰ ਆ ਰਿਹਾ ਹੈ A ਪੰਜਾਬ ਦੇ ਸੰਕਟ ਬਾਰੇ ਬਿਲਕੁਲ ਸਹੀ ਉੱਤਰ ਹੈ ਹੁਣ ਬਿਰਖ ਅਰਜ਼ ਕਰੇ ਦੇ ਵਿੱਚ ਇੱਕ ਚੀਜ਼ ਹੋਰ ਹੈਗੀ ਆ ਇੱਕ ਕੁਐਸਚਨ ਹੋ ਰਿਹਾ ਜਿਹੜਾ ਕਿ ਸਾਡੇ ਲਈ ਇੰਪੋਰਟੈਂਟ ਬਨੇਗਾ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਬਿਰਖ ਅਰਜ਼ ਕਰੇ ਰਚਨਾ ਵਿੱਚ પાત્ર ਨੇ બਿਰਖ ਕਿਨੂੰ ਕਿਹਾ ਆ ਤਾਂ ਇਹ ਤੁਸੀਂ યાદ ਰੱਖਣਾ ਆ ਉਸਨੇ ਆਪਣੇ ਆਪ ਦੀ ਤੁલਨਾ ਕੀਤੀ ਐ બਿਰਖ ਦੇ ਨਾਲ ਓਕੇ नेक्स्ट ਦੇਖਦੇ ਆ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ ਕਿਸ ਲહેર ਨਾਲ ਜੁੜਿਆ ਕਾਵ ਸੰਗ੍ਰਹਿ ਹੈ અકાલી લહેર દેશપக்தி લહેર नक्सलवादी લહેર ਯਾਨੀ नक्सली લહેર ਜਾਂ ਫਿਰ ਮਾਰਕਸਵਾਦੀ ਲહેર ਕੀ ਆਨਸਰ ਹੋਏਗਾ ਪ੍ਰਸ਼ਨ ਨੰਬਰ 4 ਦੇ ਲਈ ਸੋ সুইਟ ਜੀ 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 ਵੈਰੀ ਗੁੱਡ ਬਿਲਕੁਲ ਬਿਲਕੁਲ ਆਪਣੇ ਆਪ ਨੂੰ ਕਿਹਾ ਸ਼ਾਬਾਸ਼ ਫੋਰਥ ਦਾ ਆਨਸਰ ਕੀ ਹੋਏਗਾ ਗ੍ਰੇਟ ਇੱਥੇ ਆਨਸਰ ਆ ਰਿਹਾ ਹੈ ਸੀ ਯਾਨੀ ਕਿ नक्सली ਲਹਿਰ ਹੈ ਨਾ ਬਿਲਕੁਲ ਸਹੀ ਉੱਤਰ ਹੈ ਔਰ ਇਹਨਾਂ ਦੀ ਰਚਨਾਵਾਂ ਦੇ ਵਿੱਚ ਤੁਹਾਨੂੰ ਪਤਾ ਹੈ ਹਨੇਰੇ ਵਿੱਚ ਸੁਲਗ ਦੀ ਵਰਣਮਾਲਾ ਬਹੁਤ ਜ਼ਿਆਦਾ ਇੰਪੋਰਟੈਂਟ ਮੰਨੀ ਜਾਂਦੀ ਹੈ ਰਚਨਾ ਹੈ ਨਾ ਔਰ ਇਹਦੇ ਬਾਰੇ ਮੈਂ ਤੁਹਾਨੂੰ ਕੱਲ ਦੱਸਿਆ ਵੀ ਸੀ ਅਗਰ ਤੁਹਾਨੂੰ ਐਦਾ ਕੋਈ ਇੰਪੋਰਟੈਂਟ ਫੈਕਟ ਪਤਾ ਹੈ ਤਾਂ ਤੁਸੀਂ ਉਹਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਬਾਕੀ ਸਟੂਡੈਂਟਸ ਦੀ ਹੈਲਪ ਦੇ ਲਈ ਅਗਰ ਕਿਸੇ ਨੇ ਕੱਲ ਦਾ ਸੈਸ਼ਨ ਨਹੀਂ ਦੇਖਿਆ ਤਾਂ ਉਹ ਤੁਸੀਂ ਦੇਖ ਲੈਣਾ ਉਹਦੇ ਵਿੱਚ ਤੁਹਾਨੂੰ ਹੋਰ ਵੀ ਕਾਫੀ ਸਾਰੇ ਐਕਸਟਰਾ ਫੈਕਟਸ ਮਿਲ ਜਾਣਗੇ ਅੱਗੇ ਗੱਲ ਕਰਦੇ ਹਾਂ ਪੰਜਵਾਂ ਪ੍ਰਸ਼ਨ ਲਫ਼ਜ਼ਾਂ ਦੀ ਦਰਗਾਹ ਵਿੱਚ ਕਿੰਨੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ 62 72 82 92 ਕੀ ਆਨਸਰ ਹੋਏਗਾ ਪ੍ਰਸ਼ਨ ਨੰਬਰ 5 ਦੇ ਲਈ ਹਾਂਜੀ ਜੀ ਲਫ਼ਜ਼ਾਂ ਦੀ ਦਰਗਾਹ ਹੂੰ ਲਫ਼ਜ਼ਾਂ ਦੀ ਦਰਗਾਹ ਦੇ ਵਿੱਚ ਹੁੰਦੀਆਂ ਨੇ 72 ਰਚਨਾਵਾਂ ਓਕੇ 72 ਕਵਿਤਾਵਾਂ ਐਨੂੰ ਤੁਸੀਂ ਅਦਰਵਾਈਜ਼ ਵੈਸੇ ਤਾਂ ਮੇਰੇ ਖਿਆਲ 'ਚ ਤੁਹਾਨੂੰ ਸਾਰੇ ਨਹੀਂ ਯਾਦ ਹੈ ਜਿੰਨੂੰ ਅਗਰ ਨਹੀਂ ਯਾਦ ਤਾਂ ਉਹ ਤੁਸੀਂ ਕਿਵੇਂ ਯਾਦ ਰੱਖੋਗੇ ਲਫ਼ਜ਼ਾਂ ਦੀ ਦਰਗਾਹ ਦੇ ਵਿੱਚ ਐਨੂੰ ਐਲ ਯਾਨੀ ਕਿ ਇੰਗਲਿਸ਼ ਦੇ ਲੈਟਰ ਤੋਂ ਸ਼ੁਰੂ ਕਰਦੇ ਹਾਂ ਲਫ਼ਜ਼ਾਂ ਦੀ ਦਰਗਾਹ ਠੀਕ ਹੈ ਤਾਂ ਐਲ ਨੂੰ ਤੁਸੀਂ ਉਲਟਾ ਕਰੋ ਕੀ ਬਣ ਜਾਂਦਾ ਹੈ 7 ਬਣ ਜਾਂਦਾ ਨਾ 72 ਦੈਟਸ ਇਟ ਠੀਕ ਹੈ ਤਾਂ ਐਦਾ ਤੁਸੀਂ ਯਾਦ ਰੱਖ ਸਕਦੇ ਹੋ ਕਿ ਲਫ਼ਜ਼ਾਂ ਦੀ ਦਰਗਾਹ ਦੇ ਵਿੱਚ ਐਨਾ ਨੇ ਕਿੰਨੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਆ 72 ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਠੀਕ ਹੈ ਐਂਦੇ ਤੇ ਵੀ ਐਕਸਟਰਾ ਫੈਕਟਸ ਮੋਸਟ ਵੈਲਕਮ ਇਨ ਦਾ ਕਮੈਂਟ ਸੈਕਸ਼ਨ ਬਿਲੋ ਅੱਗੇ ਚੱਲਦੇ ਹਾਂ ਛੇਵਾਂ ਕੁਐਸਚਨ ਚਰਨ ਸਿੰਘ ਸ਼ਹੀਦ ਨੇ ਕਿਸ ਪੰਜਾਬੀ ਫੀਚਰ ਫਿਲਮ ਦੇ ਡਾਇਲੋਗ ਲਿਖੇ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਕਰਤਾਰ ਸਿੰਘ ਸਰਾਬਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆਸਮ ਆਸਮ ਬਿਲਕੁਲ ਸਹੀ सरस्वती सम्मान ग्रेट 1 चलो फिर छਵੇਂ ਦੇ ਲਈ ਆਨਸਰ ਕਰੋ ਕਿਹੜੀ ਪੰਜਾਬੀ ਫੀਚਰ ਫਿਲਮ ਹੈ ਜਿਨੇ ਇਹਨਾਂ ਨੇ ਡਾਇਲੌਗਸ ਲਿਖੇ ਸੀ ਇਹ ਵਾਲੇ ਕੁਐਸਚਨਸ ਵੈਸੀ ਅੱਗੇ ਆਣੇ ਵੀ ਆ ਕਿਉਂਕਿ ਅੱਜ ਮੈਂ ਲਾਈਕ ਇਹਨਾਂ ਨੂੰ ਅਵਾਰਡ ਜਿਹੜੇ ਮਿਲੇ ਸੀ ਉਹਨਾਂ ਦੇ ਨਾਲ ਰਿਲੇਟਡ ਵੀ ਕਾਫੀ ਸਾਰੇ ਕੁਐਸਚਨ ਲਾਸਟੇ ਪਾਇਆ ਹੈ ਛੇਵੇਂ ਦਾ ਆਨਸਰ ਆ ਰਿਹਾ ਹੈ ਬੀ ਸ਼ਹੀਦ ਉਦਮ ਸਿੰਘ ਬਹੁਤ ਹੀ ਵਧੀਆ ਬਿਲਕੁਲ ਸਹੀ ਆਨਸਰ ਹੈ ਮੈਂ ਓ ਓ ਸੌਰੀ ਚਰਨ ਸਿੰਘ ਸ਼ਹੀਦ ਲਿਖ ਦਿੱਤਾ ਅੱਛਾ ਐਕਚੁਅਲੀ ਅੱਜ ਪੇਡ ਬੈਚ ਵਿੱਚ ਚਰਨ ਸਿੰਘ ਸ਼ਹੀਦ ਪੜਾਇਆ ਨਾ ਤਾਂ ਉਹ ਹੀ ਯਾਦ ਰਹਿ ਗਿਆ ਓਕੇ ਹਾਂਜੀ ਬਿਲਕੁਲ ਇਹ ਹੈਗੇ ਆ surjit patar ਓਕੇ ਤਾਂ ਇਹ ਹੈਗੇ ਆ ਜੀ ਸ਼ਹੀਦ ਉਦਮ ਸਿੰਘ ਬਿਲਕੁਲ ਬਿਲਕੁਲ ਜੀ 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 ਬਿਲਕੁਲ ਬਿਲਕੁਲ ਉਹ ਬਸ ਉਹ ਟੰਗ ਦੇ ਉੱਪਰ ਉਹੀ ਚੜਿਆ ਹੋਇਆ ਸੀ ਨਾ ਬਿਕਾਜ਼ ਬਹੁਤ ਜ਼ਿਆਦਾ ਵਾਰੀ ਅੱਜ ਇਹਨਾਂ ਦਾ ਨਾਮ ਲਿਆ ਮੈਂ ਪੇਡ ਬੈਚ ਜਦੋਂ ਪੜਾਈ ਸੀ ਓਕੇ ਬਿਲਕੁਲ ਠੀਕ ਹੈ ਇਹ ਹੋ ਜਾਏਗਾ ਸ਼ਹੀਦ ਉਦਮ ਸਿੰਘ ਦੇ ਡਾਇਲੋਗ ਓਕੇ ਆ ਦੇਖੋ ਸੌਰੀ ਬਈ ਜਿੱਥੇ ਜਿੱਤੇ ਤੁਹਾਨੂੰ ਚਰਨ ਸਿੰਘ ਸ਼ਹੀਦ ਅੱਜ ਮਿਲੇਗਾ ਨਾ ਉੱਤੇ ਤੁਸੀਂ ਆਪਣੇ ਆਪ ਹੀ ਸੋਚ ਲੈਣਾ ਕਿ ਫੀਲਿੰਗ ਸਮਝਣੀ ਹੈ ਵਰਡਸ ਨਹੀਂ ਦੇਖਣੇ ਠੀਕ ਹੈ ਤਾਂ ਇੱਥੇ ਮੈਂ ਪਾਤਰ ਹੀ ਕਹਿਣਾ ਚਾ ਰਹੀਆਂ ਓਕੇ ਹੇਠਾਂ ਵਿੱਚੋਂ ਪਾਤਰ ਨਾਲ ਸੰਬੰਧਿਤ ਕਿਹੜੀ ਟੇਪ ਆਈ ਬਿਰਖ ਜੋ ਸਾਜ਼ ਹੈ ਸਾਜ਼ ਜੋ ਆਵਾਜ਼ ਹੈ ਆਵਾਜ਼ ਜੋ ਸਾਜ਼ ਹੈ ਜਾਂ ਫਿਰ ਤੇਰੀ ਆਵਾਜ਼ ਕੀ ਆਨਸਰ ਹੋਗਾ ਜੀ ਪ੍ਰਸ਼ਨ ਨੰਬਰ 7 ਦੇ ਲਈ ਬਹੁਤ ਹੀ ਪਿਆਰਪਰੀ ਸਸ਼ੀਕਲ ਜੀ ਸਾਰਿਆਂ ਨੂੰ ਸਸ਼ੀਕਲ ਸਾਗਰ ਜੀ ਹਾਂਜੀ ਸੱਤਵੇਂ ਲਈ ਆਨਸਰ ਆ ਰਿਹਾ ਏ ਯਾਨੀ ਕਿ ਬਿਰਖ ਜੋ ਸਾਜ਼ ਹੈ ਬਿਲਕੁਲ ਠੀਕ ਹੈ ਇਹਨਾਂ ਦੇ ਲਈ ਟੇਪ ਆਈ ਸੀਗੀ ਇੱਕ ਇਹਦਾ ਨਾਮ ਬਿਰਖ ਜੋ ਸਾਜ਼ ਹੈ ਵੀ ਹੁੰਦਾ ਆ ਇੱਕ ਇਹਨੂੰ ਬਿਰਖ ਦੀ ਸਾਜ਼ ਵੀ ਬੋਲਦੇ ਨੇ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖ ਲੈਣਾ ਐਗਜ਼ੈਕਟਲੀ ਨੀਰੂ ਜੀ ਬਿਲਕੁਲ ਕਵੈਸਚਨ ਪੇਪਰ ਨੂੰ ਹੀ ਆਪਾਂ ਧਿਆਨ ਨਾਲ ਪੜ੍ਹਨਾ ਹੁੰਦਾ ਆ ਤਾਂ 75% ਤੁਹਾਡਾ ਆਨਸਰ ਠੀਕ ਹੀ ਹੁੰਦਾ ਆ ਚਾਹੇ ਤੁਹਾਨੂੰ ਨਾਂ ਵੀ ਆਂਦਾ ਹੋਵੇ ਠੀਕ ਹੈ ਤਾਂ ਇਸ ਤਰ੍ਹਾਂ ਸੀ ਕਹਿ ਸਕਦੇ ਆ ਐਸ ਟੇਪ ਦੇ ਦੋ ਨਾਮ ਹੋਣਗੇ ਪਹਿਲਾ ਹੈ ਬਿਰਖ ਦੀ ਸਾਜ਼ ਔਰ ਦੂਸਰਾ ਹੈ ਬਿਰਖ ਜੋ ਸਾਜ਼ ਹੈ ਠੀਕ ਹੈ ਤਾਂ ਇਹ ਦੋਨੋਂ ਹੀ ਤੁਸੀਂ ਯਾਦ ਰੱਖਣਾ ਅੱਗੇ ਚੱਲਦੇ ਆ ਅੱਠਵਾਂ ਪ੍ਰਸ਼ਨ ਭਾਸ਼ਾ ਵਿਭਾਗ ਪੰਜਾਬ ਨੇ ਪਾਤਰ ਨੂੰ ਕਿਹੜਾ ਸਨਮਾਨ ਦਿੱਤਾ ਸ਼੍ਰੋਮਣੀ ਪੰਜਾਬੀ ਕਵੀ ਪੰਜਾਬ ਰਤਨ ਪੰਜਾਬ ਦਾ ਹੀਰਾ ਜਾਂ ਫਿਰ ਪੰਜਾਬ ਦਾ ਮਾਣ ਪ੍ਰਸ਼ਨ ਨੰਬਰ 8 ਉੱਤਰ ਕਰੋ ਜੀ ਹੁਣ ਅੱਥੋਂ ਦੀਆਂ ਦੇ ਪੰਜ ਛੇ ਜਿਹੜੇ ਕੁਐਸਚਨਸ ਹੈਗੇ ਆ ਆਪਾਂ ਸਾਰੇ ਸਨਮਾਨਾ ਦੇ ਉੱਪਰ ਹੀ ਦਿੱਤੇ ਨੇ ਠੀਕ ਹੈ ਬਿਲਕੁਲ 8ਵਾਂ ਦੇ ਲਈ ਇਹ ਆਨਸਰ ਆ ਰਿਹਾ ਸ਼੍ਰੋਮਣੀ ਪੰਜਾਬੀ ਕਵੀ ਬਿਲਕੁਲ ਠੀਕ ਉੱਤਰ ਹੈ ਅੱਛਾ ਜਦੋਂ ਅਸੀਂ ਅਮ੍ਰਿਤਾ ਪ੍ਰੀਤਮ ਪੜਿਆ ਸੀਗਾ ਆਈ ਥਿੰਕ ਆਪਾਂ ਪੜ੍ਹ ਚੁੱਕੇ ਆ ਹਨਾ ਬਿਲਕੁਲ ਪੜ੍ਹ ਚੁੱਕੇ ਆ ਤਾਂ ਅਮ੍ਰਿਤਾ ਪ੍ਰੀਤਮ ਦੇ ਵਿੱਚ ਮੈਂ ਇੱਥੇ ਹੀ ਕੁਝ ਕੁ ਦੱਸਿਆ ਸੀਗਾ ਕੀ ਲਾਈਕ ਪਹਿਲੇ ਐਦਾਂ ਦੇ ਕਵੀ ਜਾਂ ਕਵਿਤਰੀ ਜਿਨ੍ਹਾਂ ਨੂੰ ਪਹਿਲੀ ਵਾਰ ਉਹ ਸਨਮਾਨ ਮਿਲਿਆ ਸੀ ਤਾਂ ਅਗਰ ਤੁਹਾਨੂੰ ਯਾਦ ਹੈ ਅਮ੍ਰਿਤਾ ਪ੍ਰੀਤਮ ਦੇ ਲੈਕਚਰ ਦੇ ਵਿੱਚੋਂ ਤਾਂ ਤੁਸੀਂ ਮੈਨੂੰ ਫਟਾਫਟ ਦੱਸੋ ਪੰਜਾਬ ਦਾ ਕੋਈ ਸਨਮਾਨ ਸੀ ਜਿਹੜਾ ਪਹਿਲੀ ਵਾਰ ਅਮ੍ਰਿਤਾ ਪ੍ਰੀਤਮ ਨੂੰ ਹੀ ਦਿੱਤਾ ਗਿਆ ਸੀ ਉਸ ਟਾਈਮ ਦੇ ਸੀਐਮ ਵੱਲੋਂ ਓਕੇ ਇਹ ਤੁਸੀਂ ਮੈਨੂੰ ਆਨਸਰ ਕਰਨਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਦ ਤੱਕ ਦੇਖਦੇ ਹਾਂ ਕੁਐਸਚਨ ਨੰਬਰ 9 ਜੀ ਬਿਲਕੁਲ ਹਾਂਜੀ ਐਦਾਂ ਹੁੰਦਾ ਨਹੀਂ ਤੁਜੀ no problem ਇਹੀ ਚੀਜ਼ਾਂ ਹੀ ਤਾਂ ਆਪਾਂ ਸਿੱਖਣੀਆਂ ਆ ਓਕੇ ਅੱਗੇ ਹੈ surjit patar ਨੂੰ ਕਿਹੜੀ ਰਚਨਾ ਦੇ ਲਈ ਸਰਸਵਤੀ ਸਨਮਾਨ ਮਿਲਿਆ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਲਫ਼ਜ਼ਾਂ ਦੀ ਦਰਗਾਹ ਇਹ ਜੋ ਚੰਨ ਦੀ ਚਾਨਣੀ ਹੈ ਪੰਛੀ ਤਾਂ ਉੱਡ ਗਏ ਨੇ ਆਨਸਰ ਕਰੋ ਜੀ ਪ੍ਰਸ਼ਨ ਨੰਬਰ 9 ਦੇ ਲਈ ਵੈਰੀ ਗੁੱਡ ਵੈਰੀ ਗੁੱਡ ਆਸਮ ਸ਼ਾਬਾਸ਼ ਬਿਲਕੁਲ ਠੀਕ ਹੈ ਪੰਜਾਬ ਰਤਨ ਕੀ ਬਾਤ ਹੈ ਨੋਮੀਦਿਲੀ ਆਨਸਰ ਆ ਰਿਹਾ ਹੈ ਬੀ ਓਕੇ ਦੇਖੀਏ ਫਿਰ ਬਿਲਕੁਲ ਇਹ ਹੈਗਾ ਲਫ਼ਜ਼ਾਂ ਦੀ ਦਰਗਾਹ ਠੀਕ ਹੈ ਐਂ ਦੇ ਲਈ ਇਹਨਾਂ ਨੂੰ ਮਿਲਿਆ ਸੀਗਾ ਸਰਸਵਤੀ ਸਨਮਾਨ ਸਰਸਵਤੀ ਸਨਮਾਨ ਕੌਣ ਦਿੰਦਾ ਆ ਇਸ ਨੂੰ ਦਿੱਤਾ ਜਾਂਦਾ ਹੈ ਬਿਰਲਾ ਫਾਊਂਡੇਸ਼ਨ ਦੇ ਵੱਲੋਂ ਔਰ ਇਹ ਜੋ ਲਫ਼ਜ਼ਾਂ ਦੀ ਦਰਗਾਹ ਹੈਗੀ ਹੈ ਇਹ 2003 ਦੇ ਵਿੱਚ ਛਪੀ ਸੀਗੀ ਪਰ ਜਿਹੜਾ ਇਸ ਨੂੰ ਸਨਮਾਨ ਦਿੱਤਾ ਗਿਆ ਸੀ ਉਹ 2009 ਦੇ ਵਿੱਚ ਦਿੱਤਾ ਗਿਆ ਓਕੇ 10ਵਾਂ ਪ੍ਰਸ਼ਨ ਦੇਖਦੇ ਹਾਂ ਕਿਸ ਯੂਨੀਵਰਸਿਟੀ ਨੇ ਸੁਰਜੀਤ ਪਾਤਰ ਨੂੰ ਡਾਕਟਰ ਆਫ ਫਲਸਫੀ ਆਨਰਜ਼ ਕਾਜ਼ਾ ਦੀ ਉਪਾਧੀ ਦਿੱਤੀ ਜੀ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਇੱਥੇ ਪੰਜਾਬ ਪੜ ਲੈਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵੈਰੀ ਗੁੱਡ ਵੈਰੀ ਗੁੱਡ 10ਵਾਂ ਆਨਸਰ ਬਿਲਕੁਲ ਠੀਕ ਹੈ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਠੀਕ ਹੈ ਤਾਂ ਇਹ ਤੁਸੀਂ ਯਾਦ ਰੱਖੋਗੇ ਇਹ ਜੋ ਉਪਾਦੀ ਹੈਗੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹਨਾਂ ਨੂੰ 2012 ਦੇ ਵਿੱਚ ਦਿੱਤੀ ਸੀ ਇਹਨਾਂ ਦੀਆਂ ਸਾਇਤਿਕ ਸਰਗਰਮੀਆਂ ਕਰਕੇ ਸਾਹਿਤ ਦੇ ਵਿੱਚ ਇਹਨਾਂ ਦੇ ਦਿੱਤੇ ਗਏ ਯੋਗਦਾਨ ਕਰਕੇ ਓਕੇ ਅਗਲਾ ਪ੍ਰਸ਼ਨ ਹੈ 11ਵਾਂ ਸੁਰਜੀਤ ਪਾਤਰ ਨੂੰ ਭਾਰਤੀ ਭਾਸ਼ਾ ਪਰਿਸ਼ਦ ਨੇ કેડા પુરસ્કાર ਦਿੱતા હોને આથે ભારતી ભાષા પરિષદ બોલે પંજાબી નહીં ઠીક હે પંચનંદ પંચ પરમેશ્વર પંચ સાહિત પંચ સાહિતકાર જી પ્રશ્ન નંબર 11 કે ઉત્તર હોएगा ભારતી ભાષા પરિષદ ને ગુડ 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 ચલ ચલ આન્સર કરો ક્વેશ્ચન નંબર 11 દે લાઈ 11 ਦੇ ਲਈ ਆਨਸਰ ਆ ਰਿਹਾ ਏ ਜੋ ਕਿ ਬਿਲਕੁਲ ਸਹੀ ਉੱਤਰ ਹੈ ਇਹ ਹੈਗਾ ਪੰਚਨਦ ਓਕੇ ਇਹ ਤਾਂ ਹੋ ਗਿਆ ਜੀ ਭਾਰਤੀ ਭਾਸ਼ਾ ਪਰਿਸ਼ਦ ਅਗਰ ਤੁਹਾਡੇ ਕੋਲ ਐਗਜ਼ੈਕਟ ਪੁੱਛਿਆ ਜਾਏ ਕਿ ਭਾਰਤੀ ਭਾਸ਼ਾ ਪਰਿਸ਼ਦ ਕਿੱਥੋਂ ਦਾ ਤਾਂ ਫਿਰ ਤੁਸੀਂ ਉਹਦਾ ਕੀ ਆਨਸਰ ਕਰੋਗੇ ਹੂੰ ਇਹ ਤੁਸੀਂ ਆਨਸਰ ਕਰੋਗੇ ਕਲਕੱਤਾ ਠੀਕ ਹੈ ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ ਨਾਨਾ ਨੂੰ ਪੰਚਨਦ ਦਾ ਪੁਰਸਕਾਰ ਦਿੱਤਾ ਸੀ ਔਰ ਇਹੇ ਪੁਰਸਕਾਰ ਇਹਨਾਂ ਨੂੰ 1999 ਦੇ ਵਿੱਚ ਦਿੱਤਾ ਗਿਆ ਅਗੇ ਹੈ ਅੱਜ ਦਾ ਆਈ ਥਿੰਕ ਇਹ ਆਖਰੀ ਪ੍ਰਸ਼ਨ ਹੈ ਇਹ ਮੈਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਲੱਗਦਾ ਵੈਸੇ ਪ੍ਰਸ਼ਨ ਮਤਲਬ ਅਗਰ ਕਿਸੇ ਬਹੁਤ ਹੀ ਇੰਟੈਲੈਕਚੁਅਲ ਲੈਵਲ ਵਾਲੇ ਪਰਸਨ ਨੇ ਤੁਹਾਡਾ ਪੇਪਰ ਪਾਇਆ ਤਾਂ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਹੈ ਕਿ ਚੀਜ਼ਾਂ ਨੂੰ ਨਾ ਅਗਰ ਕਰੰਟ ਅਫੇਅਰ ਦੇ ਨਾਲ ਰਿਲੇਟ ਕਰਕੇ ਦਿੱਤਾ ਜਾਏ ਤਾਂ ਉਹਦਾ ਬੈਨੀਫਿਟ ਵੀ ਜ਼ਿਆਦਾ ਹੁੰਦਾ ਆ ਦੂਸਰਾ ਪਤਾ ਵੀ ਚਲਦਾ ਹੈ ਕਿ ਐਟ ਪ੍ਰੈਜ਼ੈਂਟ ਵੀ ਬੱਚੇ ਸਾਹਿਤ ਨਾਲ ਜੁੜੇ ਹੋਏ ਆ ਕਿ ਕੱਲੀਆਂ ਕਿਤਾਬਾਂ ਹੀ ਰੱਟ ਕੇ ਹੁੰਦੇ ਆ ਹੈਨਾ ਤੇ ਇੱਥੇ ਪੁੱਛਿਆ ਜਾ ਰਿਹਾ ਸੁਰਜੀਤ ਪਾਤਰ ਨੇ ਕਿਸ ਵਿਰੋਧ ਕਰਕੇ ਪਦਮਸ਼ਰੀ ਵਾਪਸ ਕਰਨ ਦਾ ਐਲਾਨ ਕੀਤਾ 84 ਦੇ ਦੰਗਿਆਂ ਕਰਕੇ ਦੇਸ਼ ਦੀ ਵੰਡ ਸਮੇਂ ਹੋਏ ਕਤਲੇਆਮ ਕਰਕੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ 82 ਦਾ ਆਨਸਰ ਆ ਰਿਹਾ ਹੈ ਸੀ ਜੋ ਕਿ ਬਿਲਕੁਲ ਠੀਕ ਹੈ ਔਰ ਮੇਰੇ ਹਿਸਾਬ ਦੇ ਨਾਲ ਇਹਦੇ ਬਾਰੇ ਤਾਂ ਦੱਸਣ ਦੀ ਜ਼ਰੂਰਤ ਹੀ ਨਹੀਂ ਹੈਗੀ ਖੇਤੀ ਕਾਨੂੰਨਾਂ ਬਾਰੇ ਹਰਿਆਣਾ ਔਰ ਪੰਜਾਬ ਤੋਂ ਜ਼ਿਆਦਾ ਤਾਂ ਫਿਰ ਕੋਣ ਹੀ ਜਾਣਦਾ ਹੋਣਾ ਹੈ ਹੈਨਾ ਤਾਂ ਇਸ ਟਾਈਮ ਦੇ ਉੱਪਰ ਬਹੁਤ ਸਾਰੇ ਏਦਾਂ ਦੇ ਸਾਹਿਤਕਾਰ ਸੀ ਬਹੁਤ ਸਾਰੇ ਏਦਾਂ ਦੇ ਸਿੰਗਰਸ ਸੀਗੇ ਬਹੁਤ ਸਾਰੇ ਐਕਟਰ ਸੀ ਸਪੈਸ਼ਲੀ ਪੰਜਾਬੀ ਜਿਹੜੀ ਸਾਡੀ ਹੈਗੀ ਹੈ ਇੰਡਸਟਰੀ ਰਾਈਟ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਸਾਥ ਦਿੱਤਾ ਸੀ ਕਿਸਾਨਾਂ ਦਾ ਔਰ ਗਵਰਨਮੈਂਟ ਦੇ ਬਿਲਕੁਲ ਵਿਰੋਧ ਦੇ ਵਿੱਚ ਆਏ ਸੀ ਉਸੇ ਟਾਈਮ ਦੇ ਉੱਪਰ ਹੀ ਇਹਨਾਂ ਨੇ ਪਦਮ ਸ਼੍ਰੀ ਜਾਨਾਂ ਨੂੰ ਮਿਲਿਆ ਸੀ ਉਸ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਸੀ ਠੀਕ ਹੈ ਜੀ 올 ਰਾਈਟ ਤਾਂ ਇੱਥੇ ਅੱਜ ਦਾ ਸੈਸ਼ਨ ਹੋ ਗਿਆ ਆ ਓਵਰ ਕੱਲ ਹੋਣ ਸੀ ਅਗਲੇ ਸਾਹਿਤਕਾਰ ਦੇ ਨਾਲ ਮਿਲਾਂਗੇ ਅੱਗੇ ਤੁਸੀਂ ਆਪਣੇ ਆਪ ਦੇਖ ਲੈਣਾ ਤੁਹਾਡੇ ਸਿਲੇਬਸ ਦੇ ਵਿੱਚ surjit paatr ਤੋਂ ਅਗਲੇ ਸਾਹਿਤਕਾਰ ਕੌਣ ਹੈਗੇ ਆ ਅਗਰ ਸੈਸ਼ਨ ਚੰਗਾ ਲੱਗਿਆ ਹੋਏ ਅੱਛਾ ਕੱਲ ਦੱਸਿਆ ਸੀ ਮੈਂ ਵੈਰੀ ਗੁੱਡ ਤਾਂ ਇਹ ਹੀ ਚੀਜ਼ ਦੇਖੋ ਆ ਦੇਖੋ ਨੋਟਿਸ ਕਰਦੇ ਆ ਨਾ ਤਾਂ ਜਦੋਂ ਤੁਸੀਂ ਨੋਟਿਸ ਕਰਦੇ ਹੋ ਤਾਂ ਤੁਹਾਡੇ ਕੁਐਸਚਨਸ ਆਪਣੇ ਆਪ ਬੰਦੇ ਮੈਂ ਤਾਂ ਹੀ ਕਹਿੰਦੀ ਹੁੰਨੀ ਆ ਕਿ ਜਦੋਂ ਵੀ ਮੈਂ ਤੁਹਾਨੂੰ ਕੋਈ ਵੀ ਲੈਕਚਰ ਦਿੰਦੀ ਆ ਉਸ ਦੇ ਵਿੱਚ ਐਕਸਟਰਾ ਫੈਕਟ ਜਿਹੜੇ ਮੈਂ ਦੇਵਾਂ ਉਹ ਤਾਂ ਪੱਕੀ ਤਰ੍ਹਾਂ ਦੇ ਨਾਲ ਕਰ ਲਿਆ ਕਰੋ ਠੀਕ ਹੈ ਬਿਲਕੁਲ ਆਏਗਾ ਸਾਗਰ ਜੀ ਡੋਨਟ ਵਰੀ ਅਬਾਊਟ 댓 ਓਕੇ ਬਿਲਕੁਲ ਆਏਗਾ 100% ਚਲੋ ਸਮਝ ਆ ਗਈ ਹੈ ਨਹੀਂ ਤਾਂ ਇਸ ਲਈ ਐਕਸਟਰਾ ਫੈਕਟਸ ਨੂੰ ਕਦੀ ਵੀ ਅੱਖੋਂ ਪਰੋਖੇ ਨਾ ਕਰਿਆ ਕਰੋ ਉਹਨਾਂ ਨੂੰ ਜ਼ਰੂਰ ਧਿਆਨ ਦੇ ਨਾਲ ਦੇਖ ਲਿਆ ਕਰੋ ਸੁਣ ਲਿਆ ਕਰੋ ਕਿਉਂਕਿ ਉਹਦੇ ਵਿੱਚੋਂ ਜ਼ਿਆਦਾ ਕੁਐਸਚਨ ਲੈਂਦੇ ਆ ਈਵਨ ਮੇਰੇ ਪੀਡੀਐਫ ਜਿਹੜੀ ਹੈ ਨਾ ਸਾਹਮਣੇ ਜਿਹੜੀ ਦਿਖ ਰਹੀ ਹੈ ਉਹਦੇ ਨਾਲੋਂ ਜ਼ਿਆਦਾ ਐਕਸਟਰਾ ਫੈਕਟਸ ਵਿੱਚ ਆ ਜਾਂਦੇ ਆ ਉਹ ਬੋਲਦੇ-ਬੋਲਦੇ ਫਲੋ ਚ ਪਤਾ ਨਹੀਂ ਮੈਂ ਕੀ-ਕੀ ਕੁਝ ਦੱਸ ਦਿੰਦੀ ਆ ਠੀਕ ਹੈ ਤੈਸ ਲਈ ਉਹਨਾਂ ਨੂੰ ਧਿਆਨ ਨਾਲ ਸੁਨਿਆ ਕਰੋ ਸੈਸ਼ਨ ਚੰਗਾ ਲੱਗੇ ਤਾਂ ਲਾਈਕ ਐਂਡ ਸ਼ੇਅਰ ਕਰ ਦੇਣਾ ਥੈਂਕ ਯੂ ਸੋ ਮੱਚ ਹੈਵ ਅ ਗੁੱਡ ਡੇ ਬਾਏ ਬਾਏ ਟੇਕ ਕੇਅਰ